ਭਗਤ ਪਰਮਾਨੰਦ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਭਗਤ ਸਾਹਿਬਾਨਾਂ ਦੀ ਪਾਵਨ ਪਵਿੱਤਰ ਬਾਣੀ ਦਰਜ ਹੈ, ਉਹਨਾਂ ਵਿੱਚੋਂ ਹੀ ਇੱਕ ਹਨ ਭਗਤ ਪਰਮਾਨੰਦ ਜੀ। ਭਗਤ ਪਰਮਾਨੰਦ ਜੀ ਦੀ ਜੀਵਨ ਕਹਾਣੀ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ, ਪਰ ਕੁਝ ਕੁ ਵਿਦਵਾਨਾਂ ਅਤੇ ਵਿਚਾਰਵਾਨਾਂ ਦਾ ਮਤ ਹੈ ਕਿ ਭਗਤ ਪਰਮਾਨੰਦ ਜੀ ਦਾ ਜਨਮ 1399 ਈਸਵੀ ਵਿੱਚ ਬੰਬਈ ਚਨੀ ਮਹਾਰਾਸ਼ਟਰ ਪ੍ਰਾਂਤ ਦੇ ਜ਼ਿਲ੍ਹੇ ਸੋਲਾਪੁਰ ਦੇ 12ਵੀਂ ਪਿੰਡ ਵਿੱਚ ਹੋਇਆ ਸੀ। ਭਗਤ ਪਰਮਾਨੰਦ ਜੀ ਬਾਲ ਬਰੇਸ ਤੋਂ ਹੀ ਚੰਗੇ ਕਵੀ ਅਤੇ ਗਵੱਈਏ ਸਨ। ਭਗਤ ਰਾਮਾਨੰਦ ਜੀ ਦੇ ਚੇਲੇ ਬਣ ਉਹਨਾਂ ਨੇ ਉੱਚ ਧਾਰਮਿਕ ਜੀਵਨ ਬਸਰ ਕੀਤਾ। ਭਗਤ ਪਰਮਾਨੰਦ ਜੀ ਬਾਰੇ ਇਹ ਵੀ ਲਿਖਿਆ ਮਿਲਦਾ ਹੈ ਕਿ ਕਈ ਵਾਰ ਉਹ ਇੱਕ ਇੱਕ ਦਿਨ ਵਿੱਚ 700 ਵਾਰ ਡੰਡੌਤ ਕਰਿਆ ਕਰਦੇ ਸਨ। ਉਹ ਆਪਣੇ ਆਪ ਨੂੰ ਸਾਰੰਗ ਜਾਂ ਚਾਤ੍ਰਿਕ ਸਦਾਉਂਦੇ। ਇਹ ਪਦ ਇਹਨਾਂ ਦੀ ਨਿਰਮਾਣਤਾ ਅਤੇ ਅਧਿਆਤਮਿਕ ਪ੍ਰੇਮ ਪਿਆਰ ਸੰਬੰਧ ਦਾ ਲਖਾਇਕ ਹੈ। ਇਹਨਾਂ ਨੇ ਹਮੇਸ਼ਾ ਸਾਦਾ ਪਵਿੱਤਰ ਜੀਵਨ ਜੀਵਿਆ ਅਤੇ ਲੋਕਾਂ ਨੂੰ ਜੀਵਨ ਵਿੱਚ ਸਾਦਗੀ ਅਤੇ ਪਵਿੱਤਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਇਹਨਾਂ ਦੀ ਰਚਨਾਵਲੀ ਪਰਮਾਨੰਦ ਸਾਗਰ ਹੈ। ਭਗਤੀ ਲਹਿਰ ਵਿੱਚੋਂ ਪ੍ਰਵਾਨ ਹੋਏ ਬਹੁਤ ਸਾਰੇ ਭਗਤ ਪਹਿਲਾਂ ਸਰਗੁਣਵਾਦੀ ਸਨ ਅਤੇ ਬਾਅਦ ਵਿੱਚ ਨਿਰਗੁਣਵਾਦੀ ਪਰੰਪਰਾ ਵਿੱਚ ਪ੍ਰਵੇਸ਼ ਕਰ ਗਿਆ। ਇਹ ਵਿਕਾਸ ਦੀ ਇੱਕ ਮੰਜ਼ਿਲ ਹੈ। ਉਹਨਾਂ ਲਈ ਜੋ ਸਰਗੁਣ ਦੀ ਉਪਾਸਨਾ ਤੋਂ ਸ਼ੁਰੂ ਹੋ ਕੇ ਨਿਰਗੁਣ ਦੀ ਉਪਾਸਨਾ ਵੱਲ ਲੱਗ ਗਏ ਅਤੇ ਪ੍ਰਭੂ ਦਰ 'ਤੇ ਪ੍ਰਵਾਨ ਹੋਏ। ਭਗਤ ਪਰਮਾਨੰਦ ਜੀ ਦਾ ਉਚਾਰਨ ਕੀਤਾ ਹੋਇਆ ਇੱਕੋ ਇੱਕ ਸ਼ਬਦ ਸਾਰੰਗ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1253 ਦੇ ਦਰਜ ਹੈ, ਜੋ ਇਸ ਪ੍ਰਕਾਰ ਹੈ। ਤੈਂ ਨਰ ਕੀਆ ਪੁਰਾਣ ਸੁਨ ਕੀਨਾ, ਅਨਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ 'ਤੇ ਨਹੀਂ ਛੁਟੀ, ਨਿਫਲ ਭਈ ਸਭ ਸੇਵਾ। ਬਾਟ ਪਾਰ ਘਰ ਮੂਸ ਬਰਾਨੋ, ਪੇਟ ਭਰੇ ਅਪਰਾਧੀ, ਜਿਹੇ ਪਰਲੋਕ ਜਾਏ ਅਪਕਿਰਤ ਸੋਈ ਅਵਿਦਿਆ ਸਾਤੀ। ਹਿੰਸਾ ਤੋਂ ਮਨ 'ਤੇ ਨਹੀਂ ਛੂਟੀ, ਜੀਆ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨਤ ਨਾ ਚਾਲੀ। ਇਸ ਸ਼ਬਦ ਤੋਂ ਭਗਤ ਜੀ ਦੀ ਵਿਚਾਰਧਾਰਾ ਪ੍ਰਤੱਖ ਤੌਰ 'ਤੇ ਪ੍ਰਗਟ ਹੋ ਜਾਂਦੀ ਹੈ। ਰਹਾਉ ਵਾਲੀ ਪੰਕਤੀ ਵਿੱਚ ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਦਰਸਾਇਆ ਗਿਆ ਹੈ ਕਿ ਹੇ ਪ੍ਰਾਣੀ, ਤੂੰ ਪ੍ਰਾਣਾਂ ਨੂੰ ਸੁਣ ਕੇ ਕੀ ਖੱਟਿਆ ਅਤੇ ਕੀ ਕਮਾਇਆ ਹੈ, ਕੀ ਪ੍ਰਾਪਤੀ ਕੀਤੀ ਜਦੋਂ ਤੇਰੇ ਅੰਦਰ ਪ੍ਰਭੂ ਦੀ ਸਦੀਵੀ ਭਗਤੀ ਤਾਂ ਉਪਜੀ ਹੀ ਨਹੀਂ, ਅਤੇ ਨਾ ਹੀ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ ਤੂੰ, ਨਾ ਹੀ ਇਹਨਾਂ ਧਰਮ ਪੁਸਤਕਾਂ ਦਾ ਪਾਠ ਸੁਣ ਕੇ ਤੇਰੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ ਅਤੇ ਪਰਨਿੰਦਾ ਦੀ ਭਾਵਨਾ ਗਈ। ਇਸ ਕਰਕੇ ਤੇਰੇ ਕੀਤੇ ਸਾਰੇ ਧਾਰਮਿਕ ਕਾਰਜ ਵਿਅਰਥ ਹਨ। ਤੂੰ ਤਾਂ ਦੂਸਰਿਆਂ ਦੇ ਘਰਵਾਰ ਲੁੱਟ ਕੇ ਆਪਣੇ ਪੇਟ ਦੀ ਪਾਲਣਾ ਕਰ ਸਗੋਂ ਅਪਰਾਧੀ ਬਣ ਗਿਆ। ਤੂੰ ਤਾਂ ਉਹਨਾਂ ਕਾਰਜਾਂ ਵਿੱਚ ਲੱਗਿਆ ਹੋਇਆ ਹੈ ਜਿਨ੍ਹਾਂ ਦੇ ਕਰਨ ਨਾਲ ਨਾ ਇਸ ਲੋਕ ਵਿੱਚ ਉਸਤਤ ਪ੍ਰਾਪਤ ਹੋਈ, ਸਗੋਂ ਪ੍ਰਲੋਕ ਵਿੱਚ ਵੀ ਬਦਨਾਮੀ ਹੀ ਮਿਲੇਗੀ। ਤੇਰੇ ਮਨ ਵਿੱਚੋਂ ਅਹਿੰਸਾ ਤਾਂ ਪੈਦਾ ਨਹੀਂ ਹੋਈ ਜਿਸ ਦਾ ਤੂੰ ਬਾਹਰੋਂ ਵਿਖਾਵਾ ਕਰ ਰਿਹਾ ਹੈ, ਨਾ ਹੀ ਤੂੰ ਜੀ ਦਇਆ ਦਾ ਦੇਵੀ ਗੁਣ ਧਾਰਨ ਕੀਤਾ ਹੈ। ਲੋਕਾਈ ਨਾਲ ਪਿਆਰ ਵਾਲਾ ਸਲੂਕ ਵੀ ਪੈਦਾ ਨਹੀਂ ਹੋਇਆ, ਅਤੇ ਨਾ ਹੀ ਤੂੰ ਸਾਧ ਸੰਗਤ ਵਿੱਚ ਬੈਠ ਕੇ ਮਨੁੱਖ ਨੂੰ ਪਵਿੱਤਰ ਕਰਨ ਵਾਲੀ ਕਥਾ ਸਰਵਣ ਕੀਤੀ, ਭਾਵ ਤੈਨੂੰ ਸਾਧ ਸੰਗਤ ਕਰਨ ਦਾ ਸ਼ੌਂਕ ਪੈਦਾ ਨਹੀਂ ਹੋਇਆ।